ਤੇ ਹੁਣ ਆਪਾਂ ਸਾਰੇ ਵੀਰਾਂ ਨੂੰ ਵੀ ਮਿਲਨੇ ਆ ਜੀ, ਤੇ ਹੁਣ ਵਿਖਾਉਣੇ ਆ ਬਾਈ ਜੀ ਦੇ ਕਬੂਤਰ ਤੁਹਾਨੂੰ ਜੀ। ਆਓ ਆਪਾਂ ਬਾਈ ਜੀ ਦੇ ਕਬੂਤਰ ਦਿਖਾਉਣੇ ਆ ਜਰਨੈਲ ਨੂੰ। ਹਾਂਜੀ ਵੀਰ ਜੀ, ਹੁਣ ਬਾਈ ਜੀ ਦੇ ਦਿਖਾਉਣੇ ਆ ਤੁਹਾਨੂੰ ਆਪਾਂ ਕਬੂਤਰ। ਸੋ ਵੀਰ ਦੋ ਖੁੱਡੇ ਦੇ ਕੋਲੇ। ਹਾਂਜੀ ਵੀਰ ਜੀ, ਕੀ ਨਾਂ ਹੈ ਜੀ ਆਪਣਾ? ਜਰਨੈਲ ਸਿੰਘ ਜੀ। ਤੇ ਆਪਣਾ ਵੀਰ ਜੀ? ਰੇਸ਼ਮ ਸਿੰਘ। ਕ੍ਰਿਸ਼ਨ। ਕ੍ਰਿਸ਼ਨ ਕ੍ਰਿਸ਼ਨ, ਠੀਕ ਹੈ ਜੀ। ਇਹ ਤੁਸੀਂ ਕੁਛ ਗੱਲ ਕਰ ਰਹੇ ਸੀ ਬਦਾਮ ਪਾਤੇ ਜਾਂ ਨਹੀਂ, ਮਤਲਬ ਇਹ ਕਬੂਤਰਾਂ ਦੀ ਬਾਈ ਜੀ ਜਦੋਂ ਇੱਥੇ ਨਹੀਂ ਹੁੰਦੇ ਦੇਖਭਾਲ ਤੁਸੀਂ ਕਰਦੇ? ਹਾਂਜੀ ਅਸੀਂ ਦੋਨੋਂ ਕਰਦੇ ਦੋਨੇ ਕਰਦੇ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਮਤਲਬ ਦੇਖ ਰਹੇ ਕਬੂਤਰਾਂ ਦੀ ਕਰਦਿਆਂ ਨੂੰ? 27ਵਾਂ ਸਾਲ ਹੈ। 27 ਸਾਲ ਹੋ ਗਏ ਤੁਹਾਨੂੰ ਇੱਥੇ? ਵਾਹ। ਕੀ ਤੁਸੀਂ ਐਜ਼ ਏ ਨੌਕਰੀ ਇੱਥੇ ਕੰਮ ਕਰਦੇ ਹੋ ਜਾਂ ਬਾਈ ਜੀ ਐਜ਼ ਏ ਫੈਮਿਲੀ ਦੇ ਤੌਰ 'ਤੇ ਕੰਮ ਕਰ ਰਹੇ ਹੋ? ਬਹੁਤ ਲੰਬਾ ਸਮਾਂ ਹੁੰਦਾ ਜੀ 27 ਸਾਲ ਦਾ। ਛੋਟਾ ਜਿਹਾ ਸੀ ਜੀ, ਮਤਲਬ ਤੁਸੀਂ ਛੋਟੀ ਨੌਕਰੀ ਨੌਕਰੀ ਵਾਲਾ ਨਹੀਂ ਜੀ, ਭਰਾਵਾਂ ਵਾਲੀ ਆ ਸਾਡੇ। ਭਰਾਵਾਂ ਵਾਲਾ ਜੀ ਤੁਹਾਡਾ? ਸਾਰੀ ਘਰ ਦੀ ਜ਼ਿੰਮੇਵਾਰੀ ਇੱਥੇ, ਜੇ ਪਟਿਆਲੇ ਦੂਰ ਆਉਂਦੇ ਆ ਤਾਂ ਪਟਿਆਲੇ ਦੀ ਜ਼ਿੰਮੇਵਾਰੀ ਜੀ ਸਾਰਾ, ਮਤਲਬ ਜਿੰਨੇ ਇੱਥੇ ਦਾਣਾ ਪਾਣੀ ਕਬੂਤਰਾਂ ਪਾਉਣਾ, ਦੇਖਭਾਲ ਹੈ, ਜੋੜੇ ਲਾਉਣੇ ਆ, ਬੱਚੇ ਕਢਾਉਣੇ ਆ, ਸਾਰਾ ਤੁਸੀਂ ਕਰਦੇ ਹੋ? ਹਾਂਜੀ, ਇਹ ਸਾਥੀ ਆ ਮੇਰਾ ਨਾਲ। ਇਹ ਨਾਲ ਤੁਹਾਡਾ ਸਾਥੀ ਹੈ? ਇਹ ਪੜ੍ਹਿਆ ਜੀ, ਮੈਂ ਅਨਪੜ੍ਹ ਜੀ। ਜੇ ਬਾਈ ਨੇ ਜੋੜੀਆਂ ਲਿਖਾਉਣੀਆਂ ਨੇ ਤਾਂ ਇਹਨੂੰ ਫੋਨ 'ਤੇ ਲਗਾ ਦਿੰਦੇ ਨੇ, ਤੁਸੀਂ ਉਵੇਂ ਮਿਲਾ ਦੇ। ਹਾਂਜੀ, ਬਹੁਤ ਵਧੀਆ ਗੱਲ ਹੈ ਜੀ ਕਿ ਜਿਵੇਂ ਦੱਸ ਰਹੇ ਹੈ ਬਹੁਤ ਛੋਟੇ ਸੀ ਹਾਂਜੀ ਇਹ ਜਦੋਂ ਇਸ ਘਰੇ ਆ ਗਏ ਸੀ, ਅਤੇ ਬੜਾ ਸਨਮਾਨ ਕਹਿੰਦੇ ਵੀ ਸਾਨੂੰ ਇਸ ਘਰੇ ਆ ਕੇ ਮਿਲ ਰਿਹਾ ਜੀ, ਆਪਦੇ ਬੱਚਿਆਂ ਦੀ ਤਰ੍ਹਾਂ ਸਾਨੂੰ ਉਹਨਾਂ ਨੇ ਪਾਲਿਆ। ਅਤੇ ਇੱਕ ਆ ਜਿਹੜਾ ਕਬੂਤਰ ਤੁਸੀਂ ਫੜੀ ਬੈਠੇ ਹੋ, ਇਹ ਕਿਹੜੀ ਨਸਲ 'ਚੋਂ ਕਬੂਤਰ ਹੈ ਜੀ? ਇਹ ਚੀਨਾਂ 'ਚ ਹੀ ਹੈ। ਇਹ ਬੇਗੇ ਵਾਲੇ ਕਬੂਤਰਾਂ 'ਚੋਂ? ਚੀਨਾ, ਠੀਕ ਹੈ ਜੀ। ਇਹ ਬੱਚਿਆਂ 'ਤੇ ਪਾਇਆ ਹੋਇਆ? ਨਹੀਂ ਨਹੀਂ ਜੀ, ਸਾਲ ਪੱਠਾ ਜੀ। ਪੱਠੇ, ਮਤਲਬ ਜਿਹੜੇ ਆ ਤੁਸੀਂ ਖੰਭ ਕੱਟੇ ਇਹਨਾਂ ਦੇ? ਹਾਂਜੀ। ਇਹ ਵੀ ਘੱਟ ਉੱਡਣ ਤਾਂ ਕੱਟੇ? ਹਾਂ, ਜਦੋਂ ਬਹਿੰਦੇ ਨਹੀਂ ਸੀ ਸਿਆਲਾਂ 'ਚ ਜੀ, ਫਿਰ ਕੰਨੀਆਂ। ਸਿਆਲਾਂ 'ਚ ਮਤਲਬ ਜਦੋਂ ਕਬੂਤਰ ਘਰੇ ਬਹਿੰਦੇ ਨਹੀਂ ਤੁਸੀਂ ਕੰਨੀਆਂ ਕੱਟ ਦਿੰਦੇ ਹੋ, ਵੀ ਘੱਟ ਸਮਾਂ ਉਹਨਾਂ ਹੀ ਲੈ ਲੈਣ, ਇਹਨਾਂ 'ਚ ਜੋਸ਼ ਉਹਨਾਂ ਹੀ ਭਰ ਜਾਵੇ ਅਤੇ ਖੰਭ ਕੱਟ ਦਿੰਦੇ। ਹਾਂਜੀ, ਵੇਟ ਬਣਿਆ ਰਹਿੰਦਾ ਜੀ। ਵੇਟ ਬਣਿਆ ਰਹਿੰਦਾ, ਠੀਕ ਹੈ ਜੀ। ਲਓ ਇਹਨੂੰ ਛੱਡ ਦਿਓ ਜੀ ਖੁੱਡੇ ਦੇ ਵਿੱਚ ਜੀ। ਸਭ ਤੋਂ ਪਹਿਲਾਂ ਰੱਤੇ ਦੀ ਜਾਣਕਾਰੀ ਦਿਓ ਜੀ, ਜਿਹੜਾ ਤੁਹਾਡਾ ਰੱਤਾ ਮਸ਼ਹੂਰ ਹੋਇਆ ਸੀ। ਹਾਂਜੀ, ਇਹ ਬੇਗੇ ਵਾਲਾ। ਬੇਗੇ ਵਾਲਾ? ਹਾਂਜੀ, ਬੇਗੇ ਵਾਲਾ ਰੱਤਾ। ਉਹੀ ਤਾਰੀਕ ਵਾਲੇ ਦਾ, ਚੀਨੇ ਦਾ ਪੋਤਾ ਜੀ, ਬਾਂਸੇ ਵਾਲੇ ਚਿੱਟੀਆਂ ਦੇ ਜੀ, ਉਹਨਾਂ ਦਾ ਆਪਸ 'ਚ ਕੱਟ ਕੇ ਮਿਲਿਆ। ਤੁਹਾਨੂੰ ਦੱਸਿਆ ਸੀ ਵੀ ਚਾਰ ਭੈਣ ਭਰਾ ਸੀ ਇਹ ਜੀ, ਚਾਰੀ ਬਾਜੀਆਂ 'ਚ। ਇਹ ਹੁਣ ਆਪਣੇ ਕੋਲ ਕਬੂਤਰ ਕਬੂਤਰੀਆਂ ਇਹਨਾਂ ਦੇ ਨਾਲ ਦੇ ਹੋਰ ਵੀ ਹੈ? ਹਾਂਜੀ, ਇਹਨਾਂ ਦੇ ਪੱਠੇ। ਮਤਲਬ ਇਹਨਾਂ ਦੇ ਪੱਠੇ? ਹਾਂਜੀ। ਅਤੇ ਇੱਕ ਉਹ ਜਿਹੜਾ ਉੱਪਰ ਕਬੂਤਰ ਹੋਰ ਤਾੜਿਆ ਹੋਇਆ ਉਹ ਵੀ ਦਿਖਾਓ। ਉਹ ਰਾਜਨ ਵਾਲੇ ਜੀ? ਰਾਜਨ ਵਾਲੇ ਇਹ ਆ ਗਏ ਜੀ ਤੁਹਾਡੇ ਰਾਜਨ ਵਾਲੇ। ਰਾਜਨ ਵਾਲੇ ਬਹੁਤ ਚੰਗੇ ਬੱਚੇ, ਸਾਰੇ ਖੱਟੀਆਂ ਦੇ ਜੀ ਰਾਜਨ ਵਾਲੇ ਆ ਜਿਹੜੇ, ਤਕਰੀਬਨ ਖੱਟੀਆਂ ਦੀ, ਤਕਰੀਬਨ ਜਿਹੜੇ ਖੱਟੀ ਅੱਖ ਦੇ ਨਿਕਲਦੇ ਰਾਜਨ ਵਾਲੇ ਕਬੂਤਰ ਜੀ। ਤੇ ਲਓ ਜੀ ਇਹਨਾਂ ਦਾ ਤੁਹਾਨੂੰ ਦਿਖਾਉਂਦੇ ਆ ਆਪਾਂ, ਪੱਲਾ ਪੂਰਾ ਖੋਲ ਕੇ ਜੀ। ਇਹ ਕੋਈ ਸ਼ਾਖ ਕੱਢ ਦੇਣ, ਕੋਈ 10 ਚੋਂ ਇੱਕ 20 ਚੋਂ ਜੀ। ਤੇ ਬਾਕੀ ਜਿਹੜੇ ਰਾਜਨ ਵਾਲੇ ਤੁਸੀਂ ਦੱਸ ਰਹੇ ਹੋ ਕਬੂਤਰ, ਇਹਨਾਂ ਦੇ ਆ ਦੇਖੋ ਸਿੱਟੇ ਆ ਸਿਰ ਦੇ। ਹਾਂ, ਸਿੱਟ ਸਿੱਟ ਹੁੰਦੀ ਨੇ, ਹਰ ਇੱਕ ਦੇ ਉਹਦੇ ਵੱਧ ਸੀ। ਹਾਂਜੀ, ਉਹਦੇ ਵੱਧ ਸੀ। ਸ਼ਾਖਾ ਸਫੈਦ ਹੁੰਦਾ, ਸ਼ਾਖਾ ਸਫੈਦ, ਬਿਲਕੁਲ ਲਾਲ ਚੀਨੇ ਰੱਤੇ ਜਾਏ ਹੋ ਜੇ ਗਾਂ ਨਿਕਲਦੇ ਹੀ ਇਹ ਲਾਲ ਚੀਨੇ, ਵੱਧ ਚੀਨ ਆ ਜਾਂਦੀ ਹੈ ਛਾਤੀ ਛੁੱਤੀ 'ਤੇ, ਛਾਤੀ ਛੁੱਤੀ 'ਚ ਆ ਜਾਂਦੀ ਹੈ ਜੀ। ਇਹ ਸੀ ਜੀ ਰਾਜਨ ਵਾਲੇ ਕਬੂਤਰ, ਅਤੇ ਇੱਕ ਆ ਜੋੜਾ ਤੁਸੀਂ ਹੇਠਾਂ ਹੋਰ ਤਾੜਿਆ ਹੋਇਆ ਜੀ, ਵੱਡਾ ਗਾਲੜ ਲੱਗੀ ਹੋਈ। ਇਹ ਆਪਣੀ ਕਿਹੜੀ ਨਸਲ 'ਚੋਂ ਆ ਗਈ ਜੀ? ਇਹ ਉਹੀ ਜੀ ਬੇਗੇ ਵਾਲਿਆਂ 'ਚੋਂ, ਤਾਰੀਕਿਆਂ ਤੋਂ ਆਈ ਹੋਈ ਹੈ। ਤਾਰੀਕਿਆਂ ਤੋਂ ਆਈ ਹੈ? ਹਾਂਜੀ ਜੀ। ਬਹੁਤ ਚੰਗੇ ਕਬੂਤਰ ਨੇ ਜੀ ਜੀ ਜੀ। ਦਿਖਾਓ ਜੀ ਇਹਦੇ ਜੋ ਆ ਪੰਜੇ, ਕਈ ਵੀਰ ਕਹਿ ਦਿੰਦੇ ਆ ਵੀ ਪੰਜੇ ਵਿਖਾਓ ਜੀ। ਨੋਰਮਲ 12 ਜੀ ਪੁੰਜੇ 'ਚ ਖੰਭ? ਇਹਨਾਂ ਦੇ 12 ਹੁੰਦੇ ਆ, ਗਾਲੜਾਂ ਦੇ 14-13। ਗਾਲੜ ਆ ਜਿਹੜੇ ਇਹ 14 ਹੁੰਦੇ ਆ ਜੀ। ਇੱਕ ਹੋਰ ਕਬੂਤਰ ਤੁਸੀਂ ਤਾੜਿਆ ਹੋਇਆ ਨਾਲ, ਰਾਜਨ ਵਾਲੇ ਉਹੀ ਆ ਗਏ ਜੀ। ਇਹ ਰਾਜਨ ਵਾਲਿਆਂ 'ਚ ਹੀ ਆ ਗਿਆ ਕਬੂਤਰ? ਇਹ ਚੇਤਸੂ ਵਾਲੀ ਆ ਗਿਆ, ਚੇਤਸੂ ਮੰਦ ਪਿਓ ਉਹਦਾ ਪਿਓ। ਲਓ ਜੀ ਇਹਨਾਂ ਦੇ ਹੈਗੇ ਸਟਾਰ ਕਬੂਤਰ, ਇਹ ਵੀ ਰਾਜਨ ਵਾਲਿਆਂ 'ਚੋਂ ਆ ਜੀ ਕਬੂਤਰ।
ਇਹਦੀ ਪੱਠੀ ਸੀ ਦਾਦੀ ਉਹ ਚੇਤ ਸਿੰਘ ਵਾਲੇ ਜਿਹੜੀ ਇਹਦੀ ਪੱਠੀ ਸੀ ਠੀਕ ਹੈ ਜੀ ਠੀਕ ਹੈ ਹੁਣ ਵੀ ਉਡਾ ਰਹੇ ਹੋ ਕਿ ਬੱਚਿਆਂ ਤੇ ਪਾ ਦਿੱਤੇ ਤੁਸੀਂ ਲਓ ਜੀ ਆਹ ਵਿੱਚ ਛੱਡੋ ਇੱਕ ਆਹ ਗਾਲੜ ਹੈ ਜੀ ਇਹ ਵੱਡਾ ਗਾਲੜ ਹਾਂਜੀ ਤਾਰੀਕੇ ਆਇਆ ਜੀ ਤਾਰੀਕੇ ਘਰੋਂ ਆਇਆ ਜੀ ਹਾਂ ਜੀ ਜੀ ਇਹਨਾਂ ਦੇ ਤੁਸੀਂ ਦੱਸਿਆ ਸੀ ਵੀ ਇਹਨਾਂ ਦੇ ਜਿਹੜੇ ਖੰਭ ਹੈ 14 ਹੁੰਦੇ ਆ ਤਕਰੀਬਨ 14 ਨਹੀਂ ਤਕਰੀਬਨ 13 14 13 14 ਹੁੰਦੇ 12 ਵਾਲਾ ਘੱਟੀ ਕੱਢਦੇ ਜੀ 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 ਅੱਖਾਂ ਇਹਨਾਂ ਦੀਆਂ ਚਿੱਟੀਆਂ ਹੀ ਹੁੰਦੀਆਂ ਜੀ ਹਾਂ ਜੀ ਤਕਰੀਬਨ ਖੱਟੀ ਦਾ ਨਹੀਂ ਕੱਢਦੇ ਤਕਰੀਬਨ ਚਿੱਟੀ ਨਿਕਲਦੀ ਹੈ ਅੱਛਾ ਤਕਰੀਬਨ ਹੀ ਜੀ 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 ਚਿੱਟੀਆਂ ਦੀ ਕੱਢਦੇ ਜੀ ਜੀ ਜੇ ਕਬੂਤਰੀ ਖੱਟੀਆਂ ਦੀ ਮੇਲ ਲਾਂਗੇ ਉਹ ਤਾਂ ਅੱਡ ਗੱਲ ਹੈ ਉਹ ਤਾਂ ਅੱਡ ਗੱਲ ਹੈ ਜੀ ਮਤਲਬ ਜੇ ਆਪਾਂ ਇਹਨਾਂ ਚੋਂ ਮੇਲਾਂਗੇ ਤਾਂ ਇਹ ਥੋੜੇ ਜਿਹੇ ਇਹ ਵਜਨ 'ਚ ਵੀ ਭਾਰੇ ਹੈ ਪੂਰੀ ਨੇ ਜੀ ਵੱਟੇ ਹੀ ਨੇ ਹਾਂ ਹਾਂ ਵਜ਼ਨ 'ਚ ਵੀ ਕਾਫੀ ਭਾਰੇ ਆ ਅਤੇ ਆਹ ਜਿਹੜੇ ਸਾਈਡਾਂ ਵਾਲੇ ਇਹਨਾਂ ਦੀਆਂ ਕਲੀਆਂ ਬੜੀਆਂ ਨਰਮ ਅਤੇ ਪਤਲੀਆਂ ਜੀ ਹਾਂ ਜੀ ਕਾਫੀ ਪਤਲੀਆਂ ਪਤਲੀਆਂ ਜੀ ਕਬੂਤਰ ਬਹੁਤ ਚੰਗੇ ਨੇ ਸੋ ਇਹ ਹੈ ਜੀ ਗਾਲੜ ਗਾਲੜਾਂ ਬਾਰੇ ਇੱਕ ਹੋਰ ਸੁਣਿਆ ਗਿਆ ਸੀ ਉਹ ਇੱਥੇ ਸ਼ਾਇਦ ਲਾਲ ਗਲਾ ਵੀ ਕੱਢਦੇ ਸੀ ਜਾਂ ਨਹੀਂ ਕੱਢਦੇ ਸੀ ਜੀ ਲਾਲ ਗਲਾ ਉਹ ਜਿਹੜਾ ਸੀ ਜਸਵੀਰ ਕੋਲ ਉਹਦੇ ਸੀ ਐਂ ਮੈਨੂੰ ਲੱਗਦਾ ਉਹਨਾਂ ਦੇ ਤਾਂ ਹੀ ਉਹਦਾ ਗਾਲੜ ਰੱਖਿਆ ਹਾਂ ਜੀ ਠੀਕ ਹੈ ਜੀ ਹਾਂ ਹਾਂ ਠੀਕ ਉਹੀ ਸੀ ਨਾ ਇਹ ਜਸਵੀਰ ਦਾ ਸੀ ਜਿਹੜਾ ਗਾਲੜ ਜੀ ਉਹਦਾ ਇਹ ਸਿਰੇ ਪੁੱਤ ਹੈ ਵੱਡੇ ਗਾਲੜ ਦਾ ਆਪਦਾ ਹੈ ਵੱਡੇ ਗਾਲੜ ਦਾ ਆਪਦਾ ਹੈ ਆਪਦਾ ਆਪ ਤਾਂ ਹੁਣ ਉਹ ਮਰ ਗਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਛੱਡੋ ਹੋਰ ਆਪਣਾ ਕੋਈ ਕਬੂਤਰ ਨਸਲ ਹੈ ਜਿਹੜੀ ਕੋਈ ਆਪਣੇ ਕੋਲੇ ਇਹੀ ਆ ਗਏ ਬੰਸੇ ਵਾਲਾ ਵੱਡਾ ਇੱਧਰ ਹੈਗਾ ਆਪਣੇ ਕੋਲੇ ਬਾਜੀਆਂ ਜਿੱਤਿਆ ਸੀ ਤੁਹਾਡਾ ਇੱਕ ਮਸ਼ਹੂਰ ਹੋਇਆ ਸੀ ਨਾ ਕਬੂਤਰ ਕੀ ਨਾਮ ਸੀ ਉਹਦਾ ਲੋਕਰ ਲੋਕਰ ਚੋਂ ਅੱਗੇ ਨਸਲ ਹੈਗੀ ਆਪਣੇ ਕੋਲ ਨਹੀਂ ਲੋਕਰ ਚੋਂ ਨਾ ਮੈਨੂੰ ਆ ਗੱਲੜਾਂ ਤੇ ਸ਼ੱਕ ਹੈ ਠੀਕ ਹੈ ਜੀ ਵੀ ਇਹ ਹੋਣੇ ਇਹ ਵੀ ਪੂਰੇ ক্লোਜ਼ ਕਰਕੇ ਇੱਕ ਵਾਰੀ ਵਿੱਚ ਵੀ ਪਿੰਜਰੇ ਦੇ ਦਿਖਾ ਦਿਓ ਜੀ ਇਹ ਆ ਜੀ ਆਪਣੇ ਬਾਈ ਜੀ ਕਬੂਤਰ ਜਿਹੜੇ ਲੈ ਕੇ ਆਏ ਸੀ ਮਾੜਾ ਜਿਹਾ ਡਿਟੇਲ 'ਚ ਫਿਰ ਦੱਸੋ ਵੀਰ ਜੀ ਬੇਗੇ ਵਾਲਾ ਜੀ ਬੇਗੇ ਵਾਲਾ ਰਸਤਾ ਆਹ ਰਾਜਨਾਲੇ ਇਹ ਰਾਜਨਾਲਿਆਂ 'ਚੋਂ ਜੀ ਚਿੱਟਾ ਚਿੱਟਾ ਜੀ ਅਤੇ ਆਹ ਜਿਹੜਾ ਥੱਲੇ ਸੀਗਾ ਰੱਤੀ ਇਹ ਤਾਰੀਕੇ ਵਾਲਾ ਤਾਰੀਕੇ ਵਾਲਿਆਂ 'ਚੋਂ ਦੱਸੀ ਸੀ ਆਹ ਵੀ ਰਾਜਨਾਲਾ ਆਹ ਰਾਜਨਾਲਾ ਫਿਰ ਆ ਗਿਆ ਜੀ ਰਾਜਨਾਲੇ ਜਿਹੜੇ ਕਬੂਤਰ ਹੈ ਲੰਮੇ ਆ ਜੀ ਥੋੜ੍ਹੇ ਹਾਂ ਜੀ ਥੋੜ੍ਹੇ ਜਿਹੇ ਸਰੀਰ ਦੇ ਵੀ ਭਾਰੇ ਆ ਅਤੇ ਲੰਮੇ ਆ ਦੂਜੇ ਕਬੂਤਰਾਂ ਉਹ ਸਾਈਜ਼ ਵੱਡਾ ਹੈ ਇਹਨਾਂ ਦਾ ਜ਼ਿਆਦਾ ਭਾਰੇ ਗਾਲੜੀ ਨੇ ਜੀ ਇੱਕ ਆ ਹੋਰ ਕਬੂਤਰ ਲੈ ਕੇ ਆਇਆ ਵੀਰ ਮੇਰਾ ਇੱਧਰ ਥੋੜ੍ਹਾ ਜਿਹਾ ਕਰੋ ਜੀ ਤੁਸੀਂ ਚਿੱਟੀਆਂ ਅੱਖਾਂ ਦੇ ਬਹੁਤ ਖੂਬਸੂਰਤ ਜਿਹੜੀ ਅੱਖ ਹੈ ਜੀ ਇਹਨਾਂ ਦੀ ਕੱਲੀ ਚਿੱਟੀ ਨਹੀਂ ਜਿਵੇਂ ਪੱਥਰ ਅੱਖ ਕਹਿ ਦਈਏ ਪੱਥਰ ਅੱਖ ਹੈ ਜੀ ਪੂਰੀ ਆ ਰਹੀ ਹੈ ਪਹਿਲਾਂ ਦੇਖੋ ਅੱਖ ਪੂਰੀ ਜਿਹੜੀ ਪੱਥਰ ਅੱਖ ਹੈ ਇਹ ਬੰਸੇ ਵਾਲਿਆਂ ਚੋਂ ਤੇ ਲਓ ਜੀ ਇਹਨਾਂ ਦਾ ਬਹੁਤ ਨਹੀਂ ਸਾਡੇ ਕੋਲੇ ਖੋਲ ਕੇ ਦਿਖਾਈਏ ਤੇ ਇਹ ਵੀ ਨਾਰਮਲ 12 ਇਹਨਾਂ ਦੀ ਪੂਛ ਤੇ 12 ਹੀ ਤਕਰੀਬਨ ਵੱਧ ਵੀ ਕੱਢ ਦਿੰਦੇ ਨੇ ਜੀ ਲਓ ਜੀ ਇਹ ਵੀ ਅੰਦਰ ਛੱਡੋ ਤੇ ਥੋੜਾ ਜਿਹਾ ਚਾਨਣਾ ਆਪਾਂ ਹੋਰ ਪਾਉਨੇ ਆ ਜੀ ਖੁੱਡਿਆਂ ਤੇ ਇੱਕ ਵਾਰੀ ਪੂਰੇ ਖੁੱਡੇ ਆ ਜਿਹੜੇ ਜ਼ੂਮ ਕਰਕੇ ਤੁਸੀਂ ਨਾ ਸਾਰੇ ਹਵਾ ਹੋਵਾ ਪੈਂਦੀ ਹੁਣ ਅੱਗੇ ਗਰਮੀਆਂ ਚ ਮੇਲਾ ਜਿਹੜੇ ਉੱਤੇ ਵੱਡੇ ਜੋੜ ਛੱਡੇ ਹੋਏ ਆ ਹਾਂਜੀ ਇਸ ਖੁੱਡੇ ਦੇ ਵਿੱਚ ਆਪਣੇ ਕੋਲ ਕਿਹੜੀਆਂ ਕਿਹੜੀਆਂ ਨਸਲਾਂ ਗਾਲੜ ਵੀ ਹੈ ਜੀ ਇਹਦੇ ਵਿੱਚ ਜੀ ਤੇ ਕੁਛ ਕਬੂਤਰ ਬੰਸੇਲਾਂ ਦੀ ਵੀ ਨੇ ਬੰਸੇਲਾਂ ਚੋਂ ਹਾਂਜੀ ਤੇ ਉਹ ਪਹਿਲਾਂ ਬਈ ਗੱਲ ਕਰਕੇ ਡਿਸਮੁੱਲ ਵਾਲਿਆਂ ਦੇ ਉਹਨਾਂ ਦੇ ਵੀ ਹੈ ਮਤਲਬ ਇਹਦੇ 'ਚ ਆਪਾਂ ਹੁਣ ਇਹ ਜੋੜੇ ਛੱਡੇ ਹੋਏ ਆ ਮਲਾਂ ਇਹ ਜੋੜੇ ਨੇ ਬੱਚੇ ਕੱਟ ਰਹੇ ਸੀ ਇਹਨੂੰ ਕੈਮਰੇ ਨੂੰ ਲੈ ਜਾਓ ਜੀ ਕਲੋਜ਼ ਕਰ ਲਓ ਪਹਿਲਾਂ ਤਾਂ ਜਿੰਨੇ ਵੀ ਆ ਕਬੂਤਰ ਇੱਧਰ ਬੈਠੇ ਹੋਏ ਆ ਹੁਣ ਇੱਧਰ ਵੀ ਦਿਖਾਓ ਜੀ ਕਬੂਤਰ ਜਿਹੜੇ ਪੂਰੇ ਕਲੋਜ਼ ਕਰਕੇ ਦਿਖਾਓ ਛੋਟੇ ਬੱਚੇ ਨੇ ਨਿੱਕੇ ਨਿੱਕੇ ਉਹਨਾਂ ਦੀ ਬਣਾਓ ਸਭ ਤੋਂ ਪਹਿਲਾਂ ਤਾਂ ਜਿਹੜੀ ਕਬੂਤਰੀ ਬੈਠੀ ਹੋਈ ਇਹ ਕਿਹੜੀ ਹੈ ਜੀ ਇਹਨੂੰ ਪਤਾ ਜੀ ਕਾਲੇ ਨੂੰ
ਪਿਓਰ ਗਾਲੜਾਂ ਚੋਂ ਹੈ, ਚਿੱਟੀ ਅੱਖ ਦੀ ਪੂਰੀ ਕਰ ਲਓ ਜੀ ਇਹਨੂੰ ਐਂ ਨੇੜੇ। ਹਾਂਜੀ ਓਕੇ 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 ਓਕੇ। ਉਸ ਤੋਂ ਬਾਅਦ ਜਿਹੜੇ ਤਿੰਨ ਕਬੂਤਰ ਟੋਕਰੀ 'ਚ ਬੈਠੇ ਹੋਏ ਆ, ਹਾਂਜੀ ਹਾਂਜੀ, ਇਹਨਾਂ ਨੂੰ ਵੀ ਕਲੋਜ਼ ਕਰੋ ਜੀ ਪੂਰਾ। ਹੋਰ ਲਿਆਓ, ਹੋਰ ਲਿਆਓ, ਹੋਰ ਲਿਆਓ। ਹਾਂਜੀ ਇਹ ਕਿਹੜੀ ਨਸਲ 'ਚੋਂ ਵੀਰ ਜੀ? ਇਹ ਇੱਕ ਵਿਚਾਲੇ ਬੈਠੀ ਆ ਕਬੂਤਰੀ, ਉਹ ਬੰਸੇ ਦੇ ਘਰੋਂ ਆਈ। ਬੰਸੇ ਦੇ ਘਰੋਂ ਆਈ, ਹਾਂਜੀ। ਅਤੇ ਉਹ ਦੋਨੇ ਨੇ ਉਹ ਗਾਲੜਾਂ ਦੇ, ਗਾਲੜਾਂ ਜੋ ਵੱਡਾ ਗਾਲੜਾ ਹੈ ਜੀ, ਇਹ ਵੀ ਗਾਲੜਾਂ 'ਚੋਂ ਆ ਗਏ। ਅੱਛਾ ਉਸ ਤੋਂ ਅੱਗੇ ਤਿੰਨ ਕਬੂਤਰ ਹੋਰ ਬੈਠੇ ਹੋਏ ਜੀ, ਇੱਕ ਰੱਤਾ ਅਤੇ ਇੱਕ ਚਲੋ ਹੋਰ ਚਲਾ ਗਿਆ ਉਹਨਾਂ 'ਚੋਂ, ਚਾਰ ਹੋ ਗਏ ਜੀ। ਚਾਰ ਹੋ ਗਏ ਜੀ। ਇਹ ਕਿਹੜਿਆਂ ਕਿਹੜਿਆਂ 'ਚੋਂ ਹੈ? ਜੋ ਜਿਹੜੇ ਲਾਲ ਚੀਨਾ ਗਾ ਜੀ ਚ ਬੈਠਾ ਗਾ, ਉਹ ਮੁੱਲ ਵਾਲਿਆਂ ਦਾ ਜੀ, ਮੁੱਲ ਮੁੱਲ ਲਿਆ ਸੀ ਜਿਹੜਾ ਰਾਜਨਾਲਾ ਮੁੱਲ, ਠੀਕ ਹੈ ਜੀ, ਉਹ ਬਲੱਡ ਲੈਣ ਸੀ, ਠੀਕ ਹੈ ਜੀ। ਅਤੇ ਜੋ ਵਿਚਾਲੇ ਬੈਠਾ ਜੀ ਜੀ, ਉੱਟੀ ਤੁਸੀਂ ਕਿੰਗਰੇ ਵਾਲੀ ਕਬੂਤਰੀ ਦਾ ਜੀ, ਅਤੇ ਬੰਸੇ ਦੇ ਘਰੋਂ ਕਬੂਤਰ ਆਇਆ ਹੋਈ ਜੀ 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 ਜੀ। ਅਤੇ ਉਹ ਇੱਧਰ ਨਾਲ ਰੱਤੀ ਬੈਠੀ ਆ ਜੀ, ਇਹ ਵੀ ਮੁੱਲ ਵਾਲਾ ਜੀ, ਇਹ ਵੀ ਮੁੱਲ ਵਾਲਿਆਂ 'ਚੋਂ। ਉਸ ਤੋਂ ਅੱਗੇ ਆ ਜੋੜਾ ਆ ਗਿਆ, ਇੱਧਰੋਂ ਹੀ ਗਿਆ ਤਾਂ ਉੱਡ ਕੇ। ਹਾਂਜੀ ਹਾਂਜੀ। ਇੱਕੋ ਪਿੱਛੇ ਬੈਠਾ ਹੋਇਆ ਰੱਤਾ ਕਬੂਤਰ, ਇਹ ਵੀ ਧੰਨੇ ਦੇ ਕਬੂਤਰਾਂ 'ਚੋਂ, ਧੰਨੇ ਦੇ ਕਬੂਤਰਾਂ 'ਚੋਂ। ਇਹ ਤੁਸੀਂ ਫੜ ਕੇ ਨਾ ਸਾਨੂੰ ਕਲੋਜ਼ ਕਰਕੇ ਦਿਖਾਓ ਜਿਹੜਾ ਇਹ ਪਿਓਰ ਸਾਲਾ। ਆ ਗਈ ਜੀ ਅੱਖ ਪੂਰੀ ਕਲੋਜ਼, ਲਾਲ ਮਤਲਬ ਇਹਦਾ ਪੂਰਾ ਲਾਲ ਗਲਾ ਹੈ ਜੀ। ਹਾਂ ਜੀ, ਪੂਰਾ ਪੂੰਜਾ ਵੀ ਪੂਰਾ ਕੱਢ ਦਿੰਦੇ ਆ ਜਿਹੜੀ ਹੈ ਵਿੱਚੋਂ ਭੂਰੀ ਕੱਢਦੇ ਆ ਜੀ। ਇਹਨਾਂ ਦੇ ਜਿਹੜੇ ਪੰਜੇ ਆ ਬੜੇ ਛੋਟੇ ਛੋਟੇ ਆ ਜੀ, ਨੌਂਦਰਾਂ ਕਾਲੀਆਂ ਜੀ ਇਸ ਕਬੂਤਰ ਦੀਆਂ ਬਿਲਕੁਲ। ਤੇ ਬੱਚੇ ਇਹ ਲਾਲ ਚੀਨੇ ਵੀ ਕੱਢਦੇ? ਲਾਲ ਚੀਨੇ ਵੀ ਕੱਢਦਾ ਜੀ, ਕੱਲੀਆਂ ਟੋਪੀਆਂ ਵਾਲੇ ਵੀ, ਜਿਵੇਂ ਇਹਦੀ ਸ਼ਕਲ ਆ ਜੀ ਉਵੇਂ ਵੀ ਕੱਢਦੇ ਜੀ, ਕੱਲੇ ਸਿਰਜੇ ਵੀ ਕੱਢ ਜਾਂਦੇ? ਹਾਂਜੀ ਹਾਂਜੀ। ਗੂੜੇ ਲਾਲ ਚੀਨੇ ਵੀ ਜਿਨ੍ਹਾਂ ਦੀਆਂ ਹਿੱਕਾਂ ਪੂਜਾਂ ਗੂੜੀਆਂ ਹੋਣ ਉਹ ਵੀ ਕੱਢਦੇ ਹੋਣ? ਕੱਢ ਜਾਂਦੇ ਜੀ ਵਿੱਚੋਂ, ਜਿਵੇਂ ਵੀ ਉਹ ਵੱਡਾ ਕਬੂਤਰ ਇੱਥੇ ਫਿਰਦਾ ਸੀਗਾ ਜੀ ਛੁੱਟੀਆਂ ਦਾ ਜੀ, ਉਹ ਬੈਠਾ ਜੀ ਮੁੱਲ ਵਾਲਿਆਂ। ਹਾਂਜੀ ਹਾਂਜੀ। ਇਹ ਗੋਲੇ ਵੀ ਕੱਢਦੇ ਆ ਵਿੱਚ, ਕਦੇ ਕੱਢਿਆ ਆਪਣੇ ਕੋਲੇ ਗੋਲਾ? ਨਹੀਂ ਜੀ, ਗੋਲਾ ਨਹੀਂ ਕੱਢਿਆ ਕਦੇ। ਹਾਂ ਜੀ, ਗੋਲਾ ਨਹੀਂ ਕੱਢਿਆ ਜੀ ਜੀ। ਗੂੜਾ ਰੱਤਾ ਵੀ ਨਹੀਂ ਕੱਢਿਆ ਕਦੇ? ਜਾਨਵਰ ਨੂੰ ਡਾਇਟ ਵਧੀਆ ਮਿਲਦੀ ਹੈ ਜੀ, ਬੱਚੇ ਕੱਢਦਾ ਜੀ। ਕਿਉਂ ਹਲੇ ਵੀ ਬਹੁਤ ਵਧੀਆ ਜਾ ਕੇ ਤੜਚ ਜਾਂਦਾ ਜੀ, ਤੜਚ ਗਿਆ। ਦੇਖੋ ਦੇਖੋ ਥੋੜਾ ਦਿਖਾਓ ਜੀ ਉਧਰ ਕਿਵੇਂ ਤੜਚ ਕਬੂਤਰ ਫਿਰ ਰਿਹਾ ਆਪਦੀ ਚ ਮਸਤੀ ਦੇ ਵਿੱਚ। ਦੇਖੋ ਮਰਦ ਵਾਲੀ ਗੱਲ ਆ ਜੀ, ਬੁੜੇ ਨੀ ਹੁੰਦੇ ਜੇ ਟਾਈਮ ਤੇ ਖੁਰਾਕ ਮਿਲਦੀ ਰਹੇ। ਦੁਬਾਰਾ ਤੋਂ ਫਿਰ ਇੱਕ ਵਾਰੀ ਸਾਰੇ ਕਬੂਤਰਾਂ ਦੇ ਬਾਈ ਬਾਈ ਇੱਧਰ ਆ ਜਾ, ਉਡਾ ਦੇ ਚਲ ਠੀਕ ਹੈ, ਚਲੋ ਉਡਾਓ ਕੀ ਨਸਲ ਦਾ ਨਾਮ ਹੈ ਜੀ ਇਸ ਦਾ? ਤਾਜ ਜੀ। ਤਾਜ? ਕੋਈ ਨਾਂ ਵਗੈਰਾ ਵੀ ਰੱਖਿਆ ਇਸ ਦਾ? ਨਾਂ ਨੀ ਰੱਖਿਆ। ਇਹ ਤਾਂ ਹੁਣੀ ਪੰਜ ਚਾਰ ਦਿਨ ਹੀ ਹੋਏ ਨੇ ਲਿਆਂਦਾ ਉਹ ਨਿਸ਼ਾਨ ਨੇ ਕਿਹਾ ਰਾਜ ਦਾ ਮੁਰਗਾ, ਬਰੂ ਵਾਲੇ ਰਾਜ ਦਾ ਮੁਰਗਾ। ਠੀਕ ਹੈ।
ਬਾਜੀਆਂ ਬੂਟੀਆਂ ਬੜੀਆਂ ਜਿੱਤ ਗਏ ਜੀ 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 ਇਹਨਾਂ ਦੀਆਂ ਜੀ 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 ਇਕੱਲਾ ਹੀ ਆਪਣੇ ਕੋਲ ਇਹ ਜੀ ਇੱਕ ਹੋਰ ਸੀ ਪਟਵਾ ਠੀਕ ਹੈ ਇਹਦੇ ਬੱਚੇ ਕਰਾਵਾਂਗੇ ਹੁਣ ਹੋਰ ਵੀ ਕਾਫੀ ਸ਼ੌਕ ਆ ਜੀ ਇਹਨਾਂ ਨੂੰ ਦੱਸੀਏ ਜਿਵੇਂ ਪਟਿਆਲੇ ਸ਼ਹਿਰ ਦੇ ਵਿੱਚ ਬਾਈ ਜੀ ਰਹਿੰਦੇ ਆ ਤੇ ਜਦੋਂ ਇੱਥੇ ਆਉਂਦੇ ਆ ਸਬਜ਼ੀ ਇੱਧਰ ਸਬਜ਼ੀ ਲਾਈ ਹੋਈ ਹੈ ਇੱਧਰ ਆਓ ਜੀ ਸਬਜ਼ੀ ਦਾ ਵੀ ਸ਼ੌਕ ਹੈ ਜੀ ਇਹਨਾਂ ਨੂੰ ਆ ਦੇਖੋ ਇਹ ਹੁਣ ਬੜੇ ਮਤਲਬ ਇਹੀ ਰਹਿ ਗਏ ਪਹਿਲਾਂ ਗੋਭੀ ਗੋਭੀ ਬੜਾ ਕੱਢ ਲੈਂਦੇ ਇੱਥੇ ਵਧੀਆ ਪਿਆਜ਼ ਲੱਗੇ ਹੋਏ ਆ ਜੀ ਗੋਭੀ ਦੱਸ ਰਹੇ ਆ ਪੱਟਤੀ ਮਿਰਚਾਂ ਲਾਈਆਂ ਹੋਈਆਂ ਜੀ ਪਰੇ ਕਿੰਨੇ ਚਿਰ ਬਾਅਦ ਗੇੜਾ ਲਾਉਂਦੇ ਆ ਜੀ ਇੱਥੇ ਪਿੰਡ ਪਟਿਆਲੇ ਮਹੀਨੇ ਕੁ ਬਾਅਦ ਲੱਗ ਜਾਂਦਾ ਮਹੀਨੇ ਬਾਅਦ ਇੱਕ ਸ਼ਾਇਦ ਇਹ ਆਏ ਆ ਬਾਅਦ ਵਿੱਚ ਕਿ ਆਪਾਂ ਮਿਲਦੇ ਸੀ ਹੁਣ ਹੀ ਆਏ ਕੀ ਨਾਮ ਹੈ ਜੀ ਆਪਣਾ ਮਲਕੀਤ ਸਿੰਘ ਮਲਕੀਤ ਸਿੰਘ ਇਹ ਆਪਣੇ ਫਰੈਂਡ ਹੈ ਜੀ ਹਾਂਜੀ ਇਹ ਜੀਤ ਦੇ ਭਰਾ ਹੈ ਵੱਡਾ ਜੀਤ ਸਿੰਘ ਦੇ ਭਰਾ ਹੈ ਜੀ ਵੱਡਾ ਠੀਕ ਹੈ ਇੱਕ ਬਾਈ ਜੀ ਇਹ ਆਏ ਆ ਇਹ ਮੇਰੇ ਮਾਮਾ ਜੀ ਦੇ ਪੋਤੇ ਜੀ ਜੀ ਕਿਹੜਾ ਪਿੰਡ ਹੈ ਜੀ ਗੰਡੂਕਲਾ ਗੰਡੂਕਲਾ ਤੁਹਾਨੂੰ ਵੀ ਕੂਤਰਾਂ ਦਾ ਸ਼ੌਕ ਹੈ ਜਾਂ ਮਿਲਣਾ ਹੈ ਬਾਈ ਮਿਲਣੀ ਹੈ ਜੀ ਮਿਲਣਾ ਹੈ ਕੂਤਰਾਂ ਦਾ ਕੋਈ ਸ਼ੌਕ ਨਾ ਜੀ ਉਹ ਸ਼ੌਕ ਤਾਂ ਨਾ ਜੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਛੋਟਿਆਂ ਤੋਂ ਉਹ ਮੰਨ ਲਓ ਵੀ ਫੂਸ ਤਿਆਰ ਹੋ ਗਿਆ ਅਤੇ ਉਹਨੂੰ ਚੰਗਿਆੜੀ ਕੁਛ ਉਹ 'ਚ ਹੱਥ ਸਾਡੇ ਮਾਮਾ ਜੀ ਦਾ ਇਹਨਾਂ ਦੇ ਦਾਦਾ ਜੀ ਦਾ ਹੈਗਾ ਉਹਨਾਂ ਨੂੰ ਸ਼ੌਂਕ ਸੀ ਕਬੂਤਰਾਂ ਦਾ ਕੁੱਤਿਆਂ ਦਾ ਬਹੁਤ ਵਧੀਆ ਨਸਲ ਹੁੰਦੀ ਕਬੂਤਰ ਮਤਲਬ ਬਾਜੀਆਂ ਨਹੀਂ ਛੱਡਦੇ ਉਹ ਮੈਂ ਉੱਥੇ ਨਾਲ ਹੀ ਆ ਪਿੰਡ ਇੱਥੋਂ ਵਗ ਜਾਂਦਾ ਕਦੇ ਲੈ ਆਉਂਦਾ ਕਦੇ ਨਾ ਦਿੰਦੇ ਉੱਥੇ ਵੀ ਕੁਛ ਮਾਹੌਲ ਬਣਿਆ ਸਾਡਾ ਹਾਂਜੀ ਬਹੁਤ ਸਾਡੇ ਇਲਾਕੇ ਦੀ ਜਾਣੀ ਪਛਾਣੀ ਹਸਤੀ ਸੀ ਸਰਦਾਰ ਦੇਵ ਸਿੰਘ ਗੰਡੂਕਲ ਜਦੋਂ ਮਤਲਬ ਬਾਜੀਆਂ ਦਾ ਹੁਣ ਸੀਜ਼ਨ ਆ ਗਿਆ ਜੀ ਕਰੀਬ 40 ਪਈਆਂ ਇੱਕ ਦੋ ਬਾਜੀਆਂ ਹਾਂਜੀ ਹਾਂਜੀ ਬਾਜੀਆਂ ਦੇ ਸੀਜ਼ਨ 'ਚ ਫਿਰ ਤੁਸੀਂ ਇੱਥੇ ਆ ਜਾਂਦੇ ਹਾਂਜੀ ਫਿਰ ਇੱਥੇ ਰਹਿਣਾ ਉਦੋਂ ਇੱਥੇ ਹਾਂਜੀ ਪੂਰੀ ਡਿਊਟੀ ਲਾਉਂਦੇ ਪੂਰੀ ਉਹ ਜਦੋਂ ਕੋਈ ਮੌਸਮ ਦਾ ਹੁੰਦਾ ਵੀ ਹੁਣ ਦੋ ਚਾਰ ਦਿਨਾਂ ਨੈੱਟ 'ਤੇ ਪਤਾ ਲੱਗਣ ਲੱਗ ਗਿਆ ਜ਼ਰੂਰ ਪਟਿਆਲੇ ਜਾਇਆ ਜੀ ਉਦੋਂ ਤੁਸੀਂ ਵੇਚਦੀ ਉੱਥੇ ਹਾਂਜੀ 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 ਜੀ ਜੀ ਅਤੇ ਉਹ ਪ੍ਰੋਪਰ ਤੁਸੀਂ ਜਿਹੜੀ ਰਿਹਾਇਸ਼ ਆ ਆਪਦੀ ਪਟਿਆਲੇ ਹਾਂਜੀ ਬੱਚੇ ਵਗੈਰਾ ਵੀ ਉੱਥੇ ਹੀ ਪੜ੍ਹਦੇ ਨੇ ਬੇਟਾ ਬੇਟੀ ਬੇਟੇ ਨੂੰ ਵੀ ਕੋਈ ਮਾੜਾ ਮੋਟਾ ਸ਼ੌਕ ਹੈ ਜਾਂ ਨਹੀਂ ਹੈ ਜੀ ਤੁਹਾਡੇ ਨੂੰ ਉਹ ਕਦੇ ਤਾਂ ਦਿਖਾਉਂਦਾ ਰੰਗ ਪਰ ਉਹਨਾਂ ਨੂੰ ਜ਼ਿਆਦਾ ਨਹੀਂ ਮਤਲਬ ਕਦੇ ਉਹਨੂੰ ਕੋਈ ਹੈ ਸਾਡੇ ਕੋਲ ਆਹਾ ਆਹ ਨਸਲ ਹੈ ਜਾਂ ਨਹੀਂ ਇੰਨਾ ਨਹੀਂ ਵੈਸੇ ਸ਼ੌਕ ਹੈ ਹਾਂ ਥੋੜਾ ਕਿੰਨੀ ਉਮਰ ਹੋ ਗਈ ਬੇਟੇ ਦੀ ਤੁਹਾਡੇ ਬੇਟੇ ਦੀ ਜੀ ਹੋ ਗਈ 23 ਸਾਲ ਲੱਗਿਆ 23 ਸਾਲਾਂ ਦਾ ਮਤਲਬ ਉਹਨਾਂ ਸ਼ੌਕ ਨਹੀਂ ਉਹਨਾਂ ਉਹਨਾਂ ਕਬੂਤਰਾਂ ਤੋਂ ਇਲਾਵਾ ਕੋਈ ਹੋਰ ਸ਼ੌਕ ਜੁਡੋ ਕਰਾਟੇ ਜਿਵੇਂ ਕਿ ਅੱਜ ਕੱਲ੍ਹ ਉਹਨੂੰ ਤਾਂ ਸ਼ੌਕ ਇੱਕੋ ਹੀ ਹੈ ਬਸ ਦਿਮਾਗ 'ਤੇ ਬਾਸਕਟਬਾਲ ਬਾਸਕਟਬਾਲ ਬਹੁਤ ਜ਼ਿਆਦਾ ਹੈ ਜਿਵੇਂ ਮੈਨੂੰ ਕਬੂਤਰਾਂ ਦਾ ਉਹਨੂੰ ਬਾਸਕਟਬਾਲ ਬਾਸਕਟਬਾਲ ਦਾ ਮਤਲਬ ਖਾਨਦਾਨੀ ਰੁਤਬਾ ਜਿਹੜਾ ਤੁਹਾਡੇ ਉੱਤੇ ਆ ਕੇ ਰੁਕ ਗਿਆ ਇਹ ਨਹੀਂ ਤਾਂ ਅੱਗੇ ਪ੍ਰੋਪਰ ਖਾਨਦਾਨੀ ਪਰੰਪਰਾ ਚੱਲਦੀ ਹੁੰਦੀ ਹੈ ਜਾਂ ਤਾਂ ਮਤਲਬ ਸ਼ਹਿਰ ਜਾਣ ਕਰਕੇ ਉਹਦਾ ਜਿਹੜਾ ਮਨ ਹੈ ਹੋਰ ਪਾਸੇ ਚਲਾ ਗਿਆ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਕਾਕਾ ਕਨੇਡਾ ਚੱਕੜਾ ਗਰੁੱਪ ਨੂੰ ਦਿਓ ਜੀ ਇਜਾਜ਼ਤ ਅਗਲਾ ਕਿਸੇ ਹੋਰ ਖਿਡਾਰੀ ਦੇ ਘਰ ਆਪਾਂ ਕਰਾਂਗੇ ਜੀ ਗੱਲਬਾਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਕੀ ਜਿਹੜੇ NRI ਭਰਾ ਨੇ ਜੀ ਪਹਿਲਾਂ ਇਹ ਪੰਜਾਬ 'ਚ ਸੀ ਕੰਮ ਹੁਣ ਬਾਹਰ ਹੋ ਗਿਆ ਉਹ ਬੜਾ ਸਹਿਯੋਗ ਦਿੰਦੇ ਨੇ ਜੀ ਬਹੁਤ ਵਧੀਆ ਗੱਲ ਹੈ ਉਹ ਵੀ ਨਾਲੇ ਬਹਾਨੇ ਨਾਲ ਇੱਧਰ ਮਿਲ ਜਾਂਦੇ ਨੇ ਗਰਮੀਆਂ 'ਚ ਨਾਲੇ ਆਪਦਾ ਸ਼ੌਕ ਪੂਰਾ ਕਰ ਜਾਂਦੇ ਨੇ ਅਤੇ ਇੱਧਰ ਮਦਦ ਮੁਦਦ ਵੀ ਕਰਦੇ ਨੇ ਬਿਲਕੁਲ ਜੀ ਇਨਾਮਾਂ 'ਚ ਹੋਰ ਬਹੁਤ ਵਧੀਆ ਗੱਲ ਹੈ ਬਾਜੀਆਂ ਵੀ ਉੱਧਰ ਕਹਿੰਦੇ ਛੁੱਟਣ ਲੱਗ ਗਈਆਂ ਜੀ 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 ਇੱਕ ਦੋ ਜੀ ਕਬੱਡੀ ਵਾਂਗੂ ਉੱਪਰ ਹੀ ਜਾਂਦਾ ਇਹ ਬਿਲਕੁਲ ਉੱਪਰ ਜ਼ਿਆਦਾ ਉੱਪਰ ਜਾ ਰਿਹਾ ਜੀ ਜੀ ਉਹ ਬਾਕੀ ਜੇ NRI ਨਾ ਮਦਦ ਕਰਨ ਫਿਰ ਬਾਹਰ ਤਾਂ ਹੋ ਨਹੀਂ ਸਕਦਾ ਉਹਨਾਂ ਦੇ ਸਿਰਤੀ ਹੈ ਸਰ ਬਿਲਕੁਲ ਜੀ ਬਹੁਤ ਵੱਡਾ ਸਹਿਯੋਗ ਹੈ ਜੀ NRI ਵੀਰਾਂ ਦਾ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਅੱਜ ਆਪਾਂ ਸ਼ੌਕ ਕਬੂਤਰਬਾਜੀ ਦਾ ਪ੍ਰੋਗਰਾਮ ਜਿਹੜਾ ਅੱਜ ਬਾਈ ਜੀ ਨੂੰ ਆਪਾਂ ਮਿਲਣ ਆਏ ਹਾਂ ਬਾਈ ਜੀ ਲਹਿਰੇ ਧੂੜਕੋਟ ਤੋਂ ਪ੍ਰੀਤ ਸਿੱਧੂ ਕਾਕਾ ਕੈਨੇਡਾ ਜੀ ਨੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਕੀਤੀ ਹੈ ਜੀ ਉਹਨਾਂ ਤੋਂ ਬਾਅਦ ਨਾਲ ਹੋਰ ਵੀਰ ਸਾਡੇ ਜੁੜਦੇ ਗਏ ਆ ਕਿ ਕਾਫੀ ਵੀਰ ਹੁਣ ਸਾਡੇ ਨਾਲ ਜੁੜ ਚੁੱਕੇ ਹੈ ਜਿਹੜੇ ਕਿ ਸਪੋਰਟ ਕਰ ਰਹੇ ਆ ਇਸ ਕੰਮ ਨੂੰ ਅਤੇ ਉਹਨਾਂ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਜੀ ਜਿਹੜਾ ਸ਼ੌਕ ਨੂੰ ਉੱਪਰ ਲੈ ਕੇ ਜਾ ਰਹੇ ਆ ਚਲੋ ਕਾਕਾ ਵੀ ਦੇਖਦਾ ਦੇਖੂਗਾ ਹੀ ਜੀ
ਭਾਈ ਤੇਰਾ ਧੰਨਵਾਦ, ਇਹਦੇ ਨਾਲ ਹੱਥ ਮਰਾ ਲੈਣੇ, ਉਹ ਦੇਖਣ ਲੱਗਿਆ ਕੱਢ ਲੂ। ਬਹੁਤ ਵਧੀਆ ਜੀ ਬਾਈ, ਪੁਲਿਸ ਨਾਲ ਕੈਮਰੇ ਵੇਚਦੀ ਇਹਨਾਂ ਨੇ ਹੱਥ ਮਿਲਾਇਆ ਜੀ, ਸੋ ਥੈਂਕ ਯੂ ਜੀ ਇਹਨਾਂ ਦਾ ਬਹੁਤ ਬਹੁਤ। ਸਨਮਾਨਿਤ ਕਰ ਰਹੇ ਹਾਥੀ ਦੀ ਪੈਟ ਚ ਸਾਰਾ ਕੁਛ ਆ ਗਿਆ, ਤੁਸੀਂ ਆ ਕੇ ਵਧਾਈ ਵਧਾਈਆਂ। ਹਾਂਜੀ ਵੀਰ ਜੀ, ਕੀ ਨਾਂ ਸੀ ਆਪਣਾ? ਜੀਤ ਗਾਮੀ। ਜੀਤ ਗਾਮੀ, ਤੁਸੀਂ ਉਦੋਂ ਨਾਲ ਸੀ ਜਦੋਂ ਆਪਾਂ ਕਿਲ੍ਹਾ ਰਾਏਪੁਰ, ਤੁਸੀਂ ਬਾਈ ਜੀ ਦੇ ਦੱਸਣ ਦੇ ਮੁਤਾਬਕ ਸਕੂਟਰ ਜਿੱਤਿਆ ਸੀ। ਹਾਂਜੀ ਜੀ। ਕਿੰਨੇ ਕਬੂਤਰ ਸੀ ਉਦੋਂ ਉਸ ਬਾਜੀ ਦੇ ਵਿੱਚ? ਟਾਈਮ ਜ਼ਿਆਦਾ ਹੋ ਗਿਆ ਜੀ, ਮੈਂ ਕਹਿ ਸਕਦਾ ਕਿੰਨੇ ਜਿਹੜਾ ਉਦੋਂ ਆਪਣਾ ਕਬੂਤਰ ਉੱਡਿਆ ਸੀ ਉੱਥੇ, ਕਿੰਨੇ ਵਜੇ ਤੱਕ ਉੱਡਿਆ ਸੀ ਇਹ ਕਬੂਤਰ ਆਪਣਾ? 6:18 ਕੁ ਮਿੰਟ 'ਤੇ ਵਾਜੀ ਦਾ ਐਂਡ ਹੋ ਗਿਆ ਸੀ, ਬਿਲਕੁਲ ਆਪਣਾ ਇਕੱਲਾ ਰਹਿ ਗਿਆ ਸੀ ਉੱਥੇ, ਇਕੱਲਾ ਕਬੂਤਰ। ਜੀ ਜੀ ਜੀ। ਅਤੇ ਜਿਹੜਾ ਉਸ ਟਾਈਮ 'ਚ ਸਕੂਟਰ ਜਿੱਤਿਆ ਸੀ, ਬੜੀ ਖੁਸ਼ੀ ਮਹਿਸੂਸ ਹੋਈ ਹੋਣੀ ਹੈ ਉਸ ਟਾਈਮ ਦੇ ਵਿੱਚ? ਉਸ ਟਾਈਮ 'ਤੇ ਬਹੁਤ ਤਕੜੀ ਵਾਜੀ, ਵੱਡੀ ਵਾਜੀ ਸੀ ਜੀ ਇਹ ਨਾਮ, ਪਹਿਲੇ ਵਾਰ ਬਹੁਤ ਤਕੜੀ। ਅਤੇ ਉਹ ਸਕੂਟਰ ਫਿਰ ਤੁਸੀਂ ਚਲਾ ਕੇ ਲਿਆਏ? ਹਾਂਜੀ, ਅਸੀਂ ਚਲਾ ਕੇ। ਇੱਥੋਂ ਜਿਹੜੀ ਬਾਜੀ ਤੁਸੀਂ ਗਏ ਸੀ ਛੱਡਣਾ, ਕਿਸ ਚੀਜ਼ 'ਤੇ ਗਏ ਸੀ ਉਦੋਂ? ਅਸੀਂ ਕਾਰ 'ਤੇ ਗਏ। ਕਾਰ 'ਤੇ ਗਏ ਸੀ, ਅਤੇ ਸਕੂਟਰ ਆਉਂਦੇ ਤੁਸੀਂ ਚਲਾ ਕੇ ਲਿਆਏ? ਸਕੂਟਰ ਵਾਰੀ ਸਿਰ ਚਲਾਈ ਆਏ ਜੀ, ਬਦਲ ਬਦਲ ਕੇ। ਅਤੇ ਜਦੋਂ ਪਿੰਡ ਦੇ ਵਿੱਚ ਤੁਸੀਂ ਆ ਕੇ ਵੜੇ, ਕੀ ਉਦੋਂ ਜਿਵੇਂ ਆਮ ਜਵਾਕ ਮਗਰ ਪੈ ਗਏ ਹੋਣੇ ਆ ਵੀ ਕੌਣ ਹੈ ਸਕੂਟਰ ਜਿੱਤ ਕੇ ਲਏ ਆ, ਕੌਣ ਕੌਣ ਉਦੋਂ ਪਿੰਡ ਦੇ ਬੰਦੇ ਵੇਖਣ ਆਏ ਸਕੂਟਰ ਜਿੱਤਿਆ ਜੀ? ਬਹੁਤ ਵੱਡੀ ਉਦੋਂ ਇੱਕ ਚੀਜ਼ ਸੀ ਸਕੂਟਰ, ਕਿਉਂਕਿ ਅੱਜ ਕੱਲ੍ਹ ਤਾਂ ਮੋਟਰਸਾਈਕਲ ਹਰ ਕੋਈ ਦੇਈ ਜਾਂਦਾ, ਫਰਿੱਜ ਟੀ ਵੀ ਕਾਰਾਂ ਘੋੜੇ ਬਹੁਤ ਬੜਾ ਕੁਛ ਹੋ ਗਿਆ, ਉਦੋਂ ਕੋਈ ਨਹੀਂ ਦਿੰਦਾ ਸੀ ਸਕੂਟਰ ਵਗੈਰਾ, ਪਹਿਲੀ ਬਾਜੀ ਸ਼ਾਇਦ ਹੋਊਗੀ ਇਹ ਚੰਗੀ ਜਾਇਦਾਦ ਵਾਲੇ ਜੀ। ਅਤੇ ਬੜਾ ਚਾਅ ਹੋਣਾ ਬਹੁਤ ਪਿੰਡ ਦੇ ਵਿੱਚ, ਚੰਗਾ ਉਤਸ਼ਾਹ ਹੋਇਆ, ਖੁਸ਼ੀ ਦੀ ਲਹਿਰ ਹੋਈ ਜੀ ਜੀ ਜੀ। ਅਤੇ ਸੌਰੀ ਵੀ ਲੈ ਕੇ ਗਏ ਹੋਵੋਗੇ ਕਦੇ ਸਕੂਟਰ ਨੂੰ? ਉਸ ਨੂੰ ਸੌਰੀ ਵੀ ਲੈ ਕੇ, ਸਾਲੀਆਂ ਨੇ ਖੂਬ ਭੰਗੜਾ ਪਾਇਆ, ਖੂਬ ਪਾਇਆ ਜੀ। ਠੀਕ ਹੈ ਠੀਕ ਹੈ ਜੀ, ਚਲੋ ਬਹੁਤ ਬਹੁਤ ਵਧਾਈਆਂ ਜੀ, ਜੇ ਸਾਲੀਆਂ ਖੁਸ਼ ਹੋ ਗਈਆਂ ਤਾਂ ਸਾਰਾ ਕੁਛ ਹੀ ਹੋ ਗਿਆ। ਠੀਕ ਹੈ ਜੀ, ਚੰਗਾ ਜੀ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਉੱਪਰ ਇੱਥੇ ਵੀ ਜੋੜੇ ਆ ਨਾ ਉੱਡਣ ਵਾਲੇ, ਉੱਡਣ ਵਾਲੀਆਂ ਮਦੀਨਾ ਨੇ, ਉੱਡਣ ਵਾਲੀਆਂ ਜਿਹੜੀਆਂ ਮਦੀਨਾ। ਇਹ ਜਿੰਨੇ ਵੀ ਆਪਣੇ ਹੁਣ ਇੱਥੇ ਤੁਸੀਂ ਪਰਸਰ ਪੂਰੇ ਅੱਡੇ ਲੱਗੇ ਹੋਏ? ਹਾਂਜੀ ਹਾਂਜੀ ਹਾਂਜੀ, ਪੂਰੇ। ਇਹ 2-3 ਬੱਸਾਂ ਗੱਡੀਆਂ ਵਿੱਚ ਬੈਠੀ। ਜੀ ਜੀ ਜੀ। ਆ ਦੋ ਤੁਸੀਂ ਸ਼ੌਕੀਆ ਸ਼ਾਇਦ ਇਹ ਉਹੀ ਰੱਖ ਲਏ ਹੋਏ ਸਰ, ਅੱਜੇ ਬੱਚੇ ਬੱਚੇ ਵੀ ਪੜਵਾ ਲੈਣੇ ਆ ਜੰਮੂ ਆ ਜਾਂਦੇ। ਠੀਕ ਹੈ ਜੀ। ਇਹ ਜਿਹੜੇ ਰੱਤੇ ਆ ਜੀ, ਇਹ ਨਾ ਉਹ ਤਾਂ ਇਹਦੇ ਨਾਲ ਦੀ ਹੈ ਜੀ, ਆ ਗਈ ਇਹਨਾਂ ਨਾਲ ਦੀ, ਇਹ ਉੱਡਣ ਲਈ ਜਿਹੜੀ ਇਹ ਚੀਨੀ ਆ ਜੀ, ਚੀਨੀ। ਹਾਂਜੀ। ਇਹ ਕਿਹੜੀ ਨਸਲ ਤੋਂ ਹੈ ਚੀਨੀ ਕਬੂਤਰੀ? ਉਹ ਕਾਲਾ ਹੈਗਾ ਪੂਰਾ, ਕਲੋਜ਼ ਚੱਲਣ ਲਈ ਕਬੂਤਰਾਂ ਦੀ ਬਣੀ ਜਾਣ ਦੇ ਹੋ ਵੀ, ਆਹ ਉੱਪਰ ਲੈਂਦੇ ਵੀ ਬਣਾ ਲਓ। ਕੋਈ ਇਹਦੇ ਚ ਬਾਜੀ ਛੱਡਿਆ ਵੀ ਹੈ ਜੀ ਪਿਛਲੇ ਸਾਲ? ਬਾਜੀ ਛੱਡਿਆ ਵੀ ਇਹਨਾਂ ਚ ਕੋਈ ਨਾ, ਨਵੇਂ ਐਤਕੀ ਦੇ ਪੱਠੇ ਦੱਸ। ਹਾਂ ਉਹ ਬਾਜੀਆਂ ਬੁਜੀਆਂ ਸਾਡੇ ਕੋਲੇ ਰਹਿੰਦੇ ਵੀ ਨਹੀਂ, ਲੈ ਜਾਂਦੇ ਨੇ ਜਿੱਤੇ ਰੱਖੇ। ਬਸ ਇੱਕ ਚੀਜ਼ ਤੁਸੀਂ ਮਾਰੇ ਆ ਜੀ, ਇੱਕ ਉਹ ਵੀ ਹੁਣ ਆਈ ਹੈ, ਆ ਕਾਲੀ ਚੀਨੀ ਆ, ਕਾਲੀ ਹੈ ਕਿਹੜੀ ਨਸਲ ਤੋਂ? ਇਹ ਕਾਲੀ ਚੀਨੀ, ਇਹ ਗਾਲੜਾਂ ਦੀ, ਗਾਲੜਾਂ ਚੋਂ ਕਾਲੀ ਚੀਨੀ ਵੀ ਕੱਢ ਦਿੰਦੇ ਗਾਲੜਾਂ। ਠੀਕ 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 ਠੀਕ। ਤੇ ਇੱਕ ਅੱਗੇ ਹੋਰ ਬੈਠਾ, ਜਿਵੇਂ ਜੰਟੇ ਦੇ ਕਬੂਤਰ ਬੜੇ ਮਸ਼ਹੂਰ ਹੋਏ ਸੀ ਉਹ ਚੀਨੇ, ਰੋਜਾ ਚੀਨਾ, ਇਹ ਵੀ ਗਾਲੜਾਂ ਚੋਂ, ਗਾਲੜ ਮਤਲਬ ਕਿ ਲਾਲ ਚੀਨੇ ਕਾਲੇ ਚੀਨੇ ਸਾਰੇ ਕੱਢਦੇ। ਠੀਕ 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 ਠੀਕ। ਕਾਲੇ ਚੀਨੇ ਵੱਧ ਕੱਢਦੇ ਆ। ਇਹਨਾਂ 'ਚ ਹੁਣ ਕਿਹੜੇ ਕਿਹੜੇ ਮਤਲਬ ਨਸਲ ਦੇ ਆਪਣੇ ਕੋਲ ਜਿਹੜੇ ਉੱਡਣ ਵਾਲੇ ਆ, ਕਿਹੜੀ ਕਿਹੜੀ ਨਸਲ ਬੈਠੀ? ਗਾਲੜ ਹੋ ਗਏ ਇੱਕ, ਤਾਂ ਜ਼ਿਆਦਾਤੌਰ 'ਤੇ ਤਾਂ ਗਾਲੜ ਹੀ ਨਹੀਂ, ਗਾਲੜ ਜ਼ਿਆਦਾਤਰ ਰਾਜਨ ਵਾਲੇ, ਰਾਜਨ ਵਾਲੇ, ਬੰਸੇ ਵਾਲੇ, ਬੰਸੇ ਵਾਲੇ ਆ ਗਏ ਤਾਰੀਕੇ, ਗਾਲੜ ਤੋਂ ਬਿਨਾਂ ਵੀ ਤਾਰੀਕੇ ਕਬੂਤਰ ਹੈਗੇ ਨੇ ਇੱਥੇ। ਇਹ ਸਾਰੇ ਬੱਚੇ ਐਤਕੀ ਕਢਾਏ ਆ, ਹਾਂਜੀ, ਅੱਡੇ ਲਾ ਲਏ ਪੂਰੇ ਆਪਣੇ। ਠੀਕ ਹੈ ਜੀ। ਆਹ ਵਿਗੜੇ ਨੇ
ਇਹ ਤਾਂ ਵੈਸੀ ਹੋਊਗੀ ਕਾਲੀ ਹਨਾ ਹਾਂਜੀ ਇੱਕ ਜਿਹੜੀ ਉੱਪਰ ਬੈਠੀ ਹੈ ਉਹ ਕਾਲੀ ਜੀ ਨਹੀਂ ਉੱਪਰ ਕੋਚਰ ਮੌਜੀ ਪਹਿਲੀ ਆ ਖੁਰਕੀ ਜਾ ਰਹੀ ਹੈ ਇਹ ਕਿਹੜਾ ਚੋ ਹੈ ਜੀ ਕੋਚਰ ਮੌਜੀ ਇਹ ਵੀ ਗਾਲਣਾ ਇਹ ਵੀ ਗਾਲਣਾ ਚੋ ਹੈ ਮਤਲਬ ਕਿ 90% ਗਾਲੜ ਨਹੀਂ 90 ਤਾਂ ਨਹੀਂ ਤੁਹਾਡੇ ਅਗਲੇ ਜੀ ਦੂਸਰਿਆਂ ਨਾਲੋਂ ਰੱਖ ਲਓ ਮਾੜੇ ਜਿਹੇ ਵੱਧ ਹੈਗੇ 50% ਕਹਿ ਲਓ ਵੀ 50% ਇਹਨਾਂ ਚ ਆਪਣੇ ਕੋਲ ਗਾਲੜ ਹੈ ਜੀ ਹਾਂ ਹਾਂ ਜੀ 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 ਚੰਗੇ ਉੱਠ ਜਾਂਦੇ ਨੇ ਬਹੁਤ ਠੀਕ ਹੈ ਜੀ ਗਾਲੜਾ ਜਿਹੜੇ ਜ਼ਿਆਦਾ ਚਿਰ ਮਤਲਬ ਇੱਕ ਚਿੱਟੀਆਂ ਅੱਖਾਂ ਦੇ ਜੀ ਚਿੱਟੀਆਂ ਦੇ ਇਹ ਵੀ ਮਤਲਬ ਮਿੱਠੇ ਕਬੂਤਰ ਆ ਜਾਂ ਕੌੜੇ ਆ ਜਿਹੜੇ ਥੋੜੇ ਜਿਹੇ ਲੱਗਣ ਤੇ ਛਤਰੀ ਤੇ ਘੱਟ ਆਉਂਦੇ ਆ ਜਾਂ ਹੋਰ ਐਡੇ ਇਹ ਗੱਲ ਬਹੁਤ ਸਾਰੇ ਬੱਕੋ ਹੀ ਠੀਕ ਹੈ ਨਿੱਕਾ ਦੇ ਬਾਹਰੋਂ ਬਹੁਤ ਘੱਟ ਆ ਜੀ ਜੀ ਵਧੀਆ ਕਬੂਤਰ ਨੇ ਬਹੁਤ ਜੀ ਜੀ ਆ ਕਾਲੇ ਦੇ ਰੰਗ ਦਾ ਇਹ ਕਿਉਂ ਨੇ ਇਥੋਂ ਆ ਜਿਹੜੀ ਆਈ ਹੈ ਪਿੱਛੋਂ ਆਈ ਹੈ ਮਤਲਬ ਇੱਥੇ ਆਮ ਗਾਲੜੇ ਬਣ ਜਾਂਦੇ ਆ ਨਾ ਲਾਲ ਇੱਥੋਂ ਕੱਢ ਕੇ ਥੋੜੇ ਜਿਹੇ ਕਈ ਇੱਕ ਥਾਵਾਂ ਦੇਖੇ ਸੀ ਗਾਲੜ ਦੀ ਕਿਸੇ ਨੇ ਫੋਟੋ ਪਾਈ ਸੀ ਸ਼ਾਇਦ ਉਹ ਸਰਪੰਚ ਲਾਲ ਬਾਈ ਦੇ ਦੇਖੇ ਗਏ ਸੀ ਉੱਥੇ ਟਮਾੜੇ ਨੇ ਦਿਖਾਇਆ ਸੀ ਵੀ ਜਿਹੜੇ ਗਾਲੜ ਹੈ ਇੱਥੋਂ ਥੋੜਾ ਜਿਹਾ ਸਿਰ ਉਹਨਾਂ ਦਾ ਗੂੜਾ ਲਾਲ ਹੈ ਕਿਉਂਕਿ ਉਹਨਾਂ ਕੋਲ ਵੀ ਕਾਫ਼ੀ ਨੇੜੇ ਰਹੇ ਆ ਸਰਦਾਰ ਜਸਵੀਰ ਸਿੰਘ ਹਾਂਜੀ ਕਾਫ਼ੀ ਉਹਨਾਂ ਦੇ ਕਬੂਤਰਾਂ ਬਾਰੇ ਨੌਲੇਜ ਹੈ ਹਾਂਜੀ ਆਹ ਸਭ ਤੋਂ ਜਿਹੜਾ ਪਹਿਲਾ ਖੁੱਡਾ ਆਪਾਂ ਕਬੂਤਰ ਵੇਖਣ ਲੱਗੇ ਹਾਂ ਇਹਦੇ ਚ ਕਬੂਤਰ ਹੈ ਕਬੂਤਰੀਆਂ ਪੱਠੇ ਹੈ ਮਾੜਾ ਜਿਹਾ ਸਾਨੂੰ ਦੱਸੋ ਤੇ ਜੋੜੀਆਂ ਮੇਲੀਆਂ ਨੇ ਇਹ ਵਿੱਚ ਪੱਠੇ ਵੀ ਨੇ ਜਿਹੜੇ ਆਣ ਲੱਗ ਰੱਖਣੇ ਹਲੇ ਜੋੜੀਆਂ ਮੇਲੀਆਂ ਹੋਈਆਂ ਨੇ ਜੀ ਕੁਛ ਪੱਠੇ ਆ ਹਾਂਜੀ ਜਿਹੜੇ ਇਦੋਂ ਪਹਿਲਾਂ ਕਢਾਏ ਨੇ ਆਣ ਲੱਗ ਇਹ ਗਾਹਾਂ ਕਲੀਆਂ ਦੇ ਛੱਡਣ ਵਾਸਤੇ ਜਿਹੜੇ ਹੁਣ ਜੋੜੀਆਂ ਬਣ ਜਾਂਦੇ ਜੀ 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 ਪੂਰਾ ਦਿਖਾਓ ਜੀ ਇਹਨਾਂ ਨੂੰ ਕਲੋਜ਼ ਕਰਕੇ ਕਬੂਤਰ ਆ ਦੱਸੋ ਜੀ ਸਾਰਾ ਕੁਛ ਹਾਂਜੀ ਦੱਸੋ ਮਾੜਾ ਜਿਹਾ ਬੋਲ ਕੇ ਕਿਹੜੇ ਕਿਹੜੀਆਂ ਨਸਲਾਂ ਜਿਹੜੀਆਂ ਤੁਸੀਂ ਹੁਣ ਜਿਹੜੀਆਂ ਜੋੜੀਆਂ ਬੁਲਾਈਆਂ ਹੋਈਆਂ ਇਸਦੇ ਵਿੱਚ ਬਾਈ ਨੇ ਤੁਹਾਨੂੰ ਦੱਸ ਦਿੱਤਾ ਜੀ ਉਹਨਾਂ ਸਲਾਂ ਦਾ ਤਾਰੀਕ ਹੈ ਜੀ ਅਤੇ ਬਾਈ ਚਿੰਟੂ ਹੈ ਜੀ ਹਾਂ ਉਹਨਾਂ ਸਲਾਂ ਉਹ ਨਸਲਾਂ ਆਪਾਂ ਮਿਲਾਈਆਂ ਹਾਂ ਭਲਵਾਨ ਵਾਲੇ ਗੈਰੀ ਭਲਵਾਨ ਵਾਲੇ ਗੈਰੀ ਭਲਵਾਨ ਜੀ ਹਨੇਰਾ ਨਹੀਂ ਆ ਰਿਹਾ ਨਹੀਂ ਨਹੀਂ ਬੋਲ ਚੱਲ ਆ ਮੈਨੂੰ ਚੈੱਕ ਕਰਾਇਓ ਇੱਕ ਬਣਾ ਕੇ ਇਹਨਾਂ 'ਚ ਵੱਧ ਨਹੀਂ ਕਰ ਇਹ ਵਿੱਚ ਬਾਈ ਜੋ ਅੱਗੇ ਕੱਢਣੇ ਨੇ ਕਬੂਤਰ ਜੀ ਸਰ ਹੋਏ ਕਬੂਤਰ ਨੇ ਆਸਾਲ ਵਾਲੇ ਜੋ ਅਸੀਂ ਬਣ ਦਿੱਤੇ ਆਪਣਾ ਖੁੱਡਾ ਨੰਬਰ ਆ ਗਿਆ ਹੁਣ 3 ਹਾਂਜੀ ਬਾਈ ਇਹਦੇ ਵਿੱਚ ਕਿਹੜੇ ਕਿਹੜੇ ਕਬੂਤਰ ਹੈ ਪੱਠੇ ਹੈ ਬੱਚੇ ਹੈ ਜਾਂ ਸਾਰੇ ਫਰ ਸਾਫ ਨੇ ਜੀ ਇਹ ਕਬੂਤਰ ਵਿੱਚੋਂ ਇੱਕ ਦੋ ਰਹਿੰਦੇ ਵੀ ਨੇ ਜਿਹੜੇ ਸਰ ਹੋਣ ਵਾਲੇ ਜੀ ਇੱਕ ਇੱਕ ਦੋ ਦੋ ਵੀ ਬਾਕੀ ਵਿੱਚ ਇਹਦੇ ਫਰ ਸਾਫ ਨੇ ਅੱਡੇ ਲਾਏ ਹੋਏ ਆ ਆਪਣੇ ਹਾਂਜੀ ਇੱਥੇ ਲੱਗਿਆ ਹਾਂਜੀ ਐਤਕੀ ਹਾਂਜੀ ਹਾਂਜੀ ਬਾਈ ਜੀ 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 ਇਹ ਜੀ ਆਉਣ ਲੱਗ ਬੱਚੇ ਰੱਖਣ ਨੂੰ ਜੋੜੀਆਂ ਲਾਈਆਂ ਹੋਈਆਂ ਵੀ ਜਿਹੜੀ ਗਾਹਾਂ ਵਧਾਉਣੀਆਂ ਨੇ ਨਸਲਾਂ ਉਹ ਜੋੜੀਆਂ ਲਾਈਆਂ ਹੋਈਆਂ ਨੇ ਵੱਡੇ ਜੋੜੇ ਲਾਇਆ ਜੀ ਸਾਡੇ ਚੀਨਿਆਂ ਦੀ ਹੈ ਇਹ ਕਬੂਤਰੀ ਕਾਲੀ ਕਾਲੀ ਗੱਡੀ ਹੈ ਜੀ ਇਹ ਵੀ ਵੱਡੇ ਜੋੜੇ ਲਾਏ ਹੋਏ ਵੱਡੇ ਜੋੜੇ ਲਾਏ ਹਾਂਜੀ ਜਿਹੜੇ ਤੁਸੀਂ ਪਿਛਲੇ ਸਾਲ ਬਾਜੀਆਂ ਉਹ ਕੁਛ ਤਾਂ ਉਹ 10 ਨੰਬਰ ਚ ਆਈ ਕੁਛ ਵੀ ਆੜੀ ਮਿੱਤਰਾਂ ਨੂੰ ਦਿੱਤੇ ਹੋਏ
ਘੱਟੋ ਘੱਟ ਵੀ ਇੱਕ ਮਿੰਟ ਦੀ ਮੂਵੀ ਸਵਾ ਮਿੰਟ ਦੀ ਲਾਜ਼ਮੀ ਬਣਾਇਓ ਹਰੇਕ ਖੁੱਡੇ ਦੀ ਅਤੇ ਪੂਰਾ ਕਲੀਅਰ ਕਰਕੇ ਨਾ ਇਹਨਾਂ ਨੂੰ ਜਮ੍ਹਾਂ ਅੱਖਾਂ ਅੱਖਾਂ ਲਿਆਇਆ ਕਰੋ ਵਿੱਚ ਫਿਰਦੇ ਰੋਕੀ ਰੱਖਿਆ ਕਰੋ ਤਾਂ ਕਿ ਦੇਖਣ ਵਾਲੇ ਨੂੰ ਦਿਖੇ ਵੀ ਆਹ ਹੈਗੇ ਆ ਥੱਲੇ ਆ ਜੀ ਉਹਨੂੰ